ਪਾਣੀ ਆ ਨਹੀਂ ਛੱਜੇ ਦੀ ਛਾਲ ਪਾਣੀ ਲੰਦੇ ਪਾਸੇ ਕਰਾਂਗੇ ਕੋਈ ਨਹੀਂ ਸੰਗ ਸ਼ਰਮਾ ਰੋਜ਼ਾਨਾ ਅਕਰ ਤੇ ਬਿਜ਼ਨਸ ਖਾਸ ਵੱਲੋਂ ਸਭ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਜਿਸ ਤਰ੍ਹਾਂ ਕਿ ਅਸੀਂ ਲਗਾਤਾਰ ਪਿਛਲੇ ਵੀਕ ਦਿਖਾਏ ਸੀ ਡਾਕਟਰ ਨਰਿੰਦਰ ਪਾਲ ਸਿੰਘ ਜੀ ਨਾਲ ਵਿਸ਼ੇਸ਼ ਗੱਲਬਾਤ ਕੀਤੀ ਸੀ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਔਰਤਾਂ ਸੰਬੰਧੀ ਜਿਹੜੀਆਂ ਹੋਣ ਵਾਲੀ ਬਿਮਾਰੀ ਆ ਉਹਨਾਂ ਨਾਲ ਵਿਸ਼ੇਸ਼ ਗੱਲਬਾਤ ਕਰਾਂਗੇ ਆਓ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਦੁੱਖ ਨਿਵਾਰਨ ਦੀ ਆਯੁਰਵੈਦਿਕ ਪ੍ਰਾਈਵੇਟ ਲਿਮਿਟਿਡ ਡਾਕਟਰ ਨਰਿੰਦਰ ਪਾਲ ਸਿੰਘ ਜੀ ਨਾਲ ਅਸੀਂ ਵਿਸ਼ੇਸ਼ ਮੁਲਾਕਾਤ ਕਰਾਂਗੇ ਅਤੇ ਉਹਨਾਂ ਦੇ ਜਿਹੜੇ ਪੇਸ਼ੈਂਟਸ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਕੇ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਉਹਨਾਂ ਨੂੰ ਕਿਉਂ ਸੈਟਿਸਫਾਈ ਹੋ ਰਿਹਾ ਕਿਸ ਤਰ੍ਹਾਂ ਇਲਾਜ ਕਰਦੇ ਨੇ ਆ ਜਾਓ ਤੁਹਾਨੂੰ ਲੈ ਕੇ ਚੱਲਦੇ ਹਾਂ ਡਾਕਟਰ ਸਾਹਿਬ ਨੇ ਬਹੁਤ ਸਾਰੀਆਂ ਆਪਣੇ ਬਾਰੇ ਜਾਣਕਾਰੀ ਦਿੱਤੀਆਂ ਸੀ ਅਤੇ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ PCOS ਅਤੇ PSOD ਇਹ ਕੀ ਬਿਮਾਰੀ ਹੈ ਅਤੇ ਵਿਸਤਾਰ ਵਿੱਚ ਡਾਕਟਰ ਸਾਹਿਬ ਦੱਸਣਗੇ ਕਿ ਇਸ ਦਾ ਹੱਲ ਕਿਵੇਂ ਕੀਤਾ ਜਾ ਸਕਦਾ ਸਰ ਇਹ ਜਿਹੜੀ ਬਿਮਾਰੀਆਂ ਹੈ ਕਿੱਦਾਂ ਹੱਲ ਕੀਤਾ ਜਾ ਸਕਦਾ ਅਤੇ ਕੀ ਹੈ ਸਭ ਤੋਂ ਪਹਿਲੇ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸਰ ਜਿਹੜੀ PCOD ਦੀ ਪ੍ਰੋਬਲਮ ਹੁੰਦੀ ਹੈ ਇਹਨੂੰ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਕਹਿੰਦੇ ਆ ਜੀ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਜਿਹੜੀ ਹੁੰਦੀ ਮੋਸਟਲੀ ਇੱਕ ਕਾਮਨ ਡਿਜ਼ੀਜ਼ ਬਣ ਗਈ ਹੈ ਕਿ ਜਿਹੜੀ ਕਿ ਆਮ ਤੌਰ 'ਤੇ ਆਮ ਫੀਮੇਲਸ ਦੇ ਵਿੱਚ ਹੁੰਦੀ ਹੈ ਇਹ ਹਾਰਮੋਨੀਅਲ ਇਮਬੈਲੈਂਸ ਕਰਕੇ ਇਹ ਪ੍ਰੋਬਲਮ ਹੁੰਦੀ ਹੈ ਇਹ ਬਣਦੀ ਹੈ ਮੋਸਟਲੀ ਇਹ ਹੈ ਕਿ ਕਈ ਲੜਕੀਆਂ ਨੂੰ ਜਿਸ ਤਰ੍ਹਾਂ ਕਿ ਪੀਰੀਅਡ ਡਿਸਟਰਬ ਹੁੰਦੇ ਉਹਨਾਂ ਦੇ ਪੀਰੀਅਡਸ ਪੂਰੇ ਟਾਈਮ 'ਤੇ ਨਹੀਂ ਆਉਂਦੇ ਜੀ ਜਾਂ ਪੀਰੀਅਡ ਲੇਟ ਹੁੰਦੇ ਨੇ ਮਤਲਬ ਨਹੀਂ ਉਹ ਪ੍ਰੋਪਰ ਪੀਰੀਅਡ ਖੁੱਲ੍ਹ ਕੇ ਨਹੀਂ ਆ ਰਹੇ ਉਸ ਹਾਲਾਤ ਵਿੱਚ ਇਹ ਵਾਲੀ ਜਿਹੜੀ ਪ੍ਰੋਬਲਮ ਹੁੰਦੀ ਹੈ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਬਣ ਜਾਂਦੀ ਹੈ ਅਤੇ ਮੋਸਟਲੀ ਇਸ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਇਹ ਪ੍ਰੋਬਲਮ ਦਾ ਹੱਲ ਹੈ ਇਹ ਠੀਕ ਹੋ ਜਾਂਦੀ ਹੈ ਡਾਕਟਰ ਸਾਹਿਬ ਇਹ ਜੇ ਜਿਸ ਤਰ੍ਹਾਂ ਆਪਾਂ ਗੱਲ ਕਰ ਲਈਏ ਕਿ ਇਹ ਕਿਸ ਉਮਰ ਦੇ ਵਿੱਚ ਇਸ ਤਰ੍ਹਾਂ ਦਾ ਪ੍ਰੋਬਲਮ ਆਉਂਦੀ ਹੈ ਸਰ ਇਹਦੇ ਵਾਸਤੇ ਕੋਈ ਨਿਯਮਤ ਉਮਰ ਨਹੀਂ ਹੈਗੀ ਇਹਦੇ ਵਿੱਚ ਇਹ ਪ੍ਰੋਬਲਮ ਕਿਸੇ ਵੇਲੇ ਵੀ ਹੋ ਸਕਦੀ ਹੈ ਮਤਲਬ ਅਸੀਂ ਕਹਿੰਦੇ ਜਿਸ ਵੇਲੇ ਪੀਰੀਅਡ ਸਟਾਰਟ ਹੁੰਦੇ ਪੀਰੀਅਡ ਸਟਾਰਟ ਹੋਣ ਤੋਂ ਬਾਅਦ ਮੋਸਟਲੀ ਲੜਕੀਆਂ ਨੂੰ ਕਈ ਵਾਰੀ ਪੀਰੀਅਡ ਡਿਸਟਰਬ ਰਹਿੰਦੇ ਆ ਪੀਰੀਅਡ ਡਿਸਟਰਬ ਰਹਿਣ ਤੋਂ ਬਾਅਦ ਵਿੱਚ ਇਹ ਜਿਹੜੀ ਪ੍ਰੋਬਲਮ ਹੈ ਜੇ ਉਹਨਾਂ ਪੀਰੀਅਡ ਰੈਗੂਲਰ ਡਿਸਟਰਬ ਰਹੀ ਜਾ ਰਹੇ ਆ ਅਤੇ ਫਿਰ ਉਸ ਤੋਂ ਬਾਅਦ ਜਿਹੜੀ ਪ੍ਰੋਬਲਮ ਹੁੰਦੀ ਹੈ ਤਕਰੀਬਨ ਹੋਣੀ ਸ਼ੁਰੂ ਹੋ ਜਾਂਦੀ ਕਿਉਂਕਿ ਇਹ ਪ੍ਰੋਬਲਮ ਦਾ ਮੇਨ ਜੜ ਹਾਰਮੋਨੀਅਲ ਇਮਬੈਲੈਂਸ ਹੁੰਦਾ ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਹੁਣ ਮੈਨੂੰ ਇੱਕ ਜ਼ਹਿਨ 'ਚ ਸਵਾਲ ਆ ਰਿਹਾ ਕਿ ਤੁਸੀਂ ਗੱਲ ਕਰ ਰਹੇ ਕਿ ਕਿਸੇ ਵੀ ਸਮੇਂ ਆ ਸਕਦਾ ਕਈ ਲੇਡੀਜ਼ ਨੂੰ ਮਤਲਬ ਕਿ ਬੱਚੇ ਹੋਣ ਤੋਂ ਬਾਅਦ ਵੀ ਆਉਂਦਾ ਕਈਆਂ ਨੂੰ ਪਹਿਲੇ ਆ ਜਾਂਦਾ ਅਤੇ ਕੀ ਇਸ ਦਾ ਹੱਲ ਉਸੇ ਸਮੇਂ ਕਰਾਉਣਾ ਚਾਹੀਦਾ ਕਿ ਬਾਅਦ 'ਚ ਕਰਾਉਣਾ ਚਾਹੀਦਾ ਕੀ ਹੈ ਸਰ ਇਹਦਾ ਜਿਹੜੀ ਇਹ ਪ੍ਰੋਬਲਮ ਹੁੰਦੀ ਹੈ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਹੁੰਦੀ ਹੈ ਇਹ ਇੱਕ ਐਸੀ ਪ੍ਰੋਬਲਮ ਹੁੰਦੀ ਹੈ ਕਿ ਜਿਹੜੀ ਬਿਫੋਰ ਮੈਰਿਜ ਜਿਸ ਵੇਲੇ ਪ੍ਰੋਬਲਮ ਹੁੰਦੀ ਹੈ ਜਾਂ ਆਫਟਰ ਮੈਰਿਜ ਹੁੰਦੀ ਹੈ ਇਹਦਾ ਹੱਲ ਹੋਣਾ ਬੜਾ ਜ਼ਰੂਰੀ ਹੁੰਦਾ ਬਿਫੋਰ ਮੈਰਿਜ ਇਸ ਕਰਕੇ ਕਰਨੀ ਹੁੰਦੀ ਕਿਉਂਕਿ ਜੇਕਰ ਅਸੀਂ ਇਸ ਪ੍ਰੋਬਲਮ ਦਾ ਹੱਲ ਨਹੀਂ ਕਰਦੇ ਤਾਂ ਸਾਨੂੰ ਸ਼ਾਦੀ ਤੋਂ ਬਾਅਦ ਦੇ ਵਿੱਚ ਪ੍ਰੈਗਨੈਂਸੀ ਹੋਣ ਵਿੱਚ ਇਹਦੀ ਰੁਕਾਵਟ ਆ ਸਕਦੀ ਹੈ ਅਤੇ ਜੇ ਸ਼ਾਦੀ ਤੋਂ ਬਾਅਦ ਦੇ ਵਿੱਚ ਇਹ ਪ੍ਰੋਬਲਮ ਹੋ ਜਾਂਦੀ ਹੈ ਤਾਂ ਫਿਰ ਕਈ ਵਾਰੀ ਇੱਦਾਂ ਹੁੰਦਾ ਕਿ ਮਤਲਬ ਪ੍ਰੈਗਨੈਂਸੀ ਆਫਟਰ ਪ੍ਰੈਗਨੈਂਸੀ ਬੇਬੀ ਨਹੀਂ ਹੋ ਪਾ ਰਿਹਾ ਕਨਸੀਵ ਨਹੀਂ ਹੋ ਪਾਉਂਦਾ ਇਸ ਕੰਮ ਕਰਕੇ ਇਹਦਾ ਇਲਾਜ ਹੋਣਾ ਬੜਾ ਜ਼ਰੂਰੀ ਹੁੰਦਾ ਸਰ ਜਿਸ ਤਰ੍ਹਾਂ ਦੁੱਖ ਨਿਵਾਰਨ ਆਪਣੇ ਪ੍ਰਾਈਵੇਟ ਗਰੁੱਪ ਦੇ ਵੱਲੋਂ ਕਿਸ ਤਰ੍ਹਾਂ ਦਾ ਹੱਲ ਕੀਤਾ ਜਾਏਗਾ ਸਰ ਇਹਦੇ ਵਾਸਤੇ ਜਿਸ ਵੇਲੇ ਕਿਹਾ ਹੁੰਦਾ ਕਿ ਜਿਹੜੀ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਹੁੰਦੀ ਹੈ ਕਿ ਇਹਦੇ ਵਿੱਚ ਜਿਹੜਾ ਇੱਕ ਔਰਤ ਨੂੰ ਬੱਚਾ ਜਨਣ ਵਾਸਤੇ ਇੱਕ ਪ੍ਰੋਪਰ ਐਗ ਦੀ ਲੋੜ ਹੁੰਦੀ ਹੈ ਜੀ ਐਗ ਦੀ ਲੋੜ ਹੁੰਦੀ ਹੈ ਜਦੋਂ ਕਿਹਾ ਹੁੰਦਾ ਹੈ ਕਿ ਜਦੋਂ ਇਹ ਵਾਲੀ ਡਿਜ਼ੀਜ਼ ਬਣ ਜਾਂਦੀ ਹੈ ਅਤੇ ਜਿਹੜਾ ਇੱਕ ਪ੍ਰੋਪਰ ਐਗ ਬਣਨ ਦੀ ਬਜਾਏ ਛੋਟੇ ਛੋਟੇ ਐਗ ਬਣ ਜਾਂਦੇ ਆ ਜਿਹੜੇ ਕਿ ਇੱਕ ਐਗ ਦੀ ਬਜਾਏ ਉਹੀ ਇੱਕ ਐਗ 10 ਐਗ ਦੇ ਵਿੱਚ ਡਿਵਾਈਡ ਹੋ ਜਾਂਦਾ ਹੈ ਜਿਸ ਕਾਰਨ ਕਰਕੇ ਉਹ ਪ੍ਰੋਪਰ ਐਗ ਨਹੀਂ ਤਿਆਰ ਹੋ ਪਾਉਂਦਾ ਅਤੇ ਜਿਹਦੇ ਕਰਕੇ ਆਲਰੇਡੀ ਕਨਸੀਵ ਨਹੀਂ ਹੋ ਪਾਉਂਦਾ ਦੈਟ ਇਜ਼ ਦਾ ਪ੍ਰੋਬਲਮ ਇਸ ਕਾਰਨ ਕਰਕੇ ਇਹਦੇ ਵਿੱਚ ਜਦੋਂ PCOD ਦੀ ਪ੍ਰੋਬਲਮ ਹੁੰਦੀ ਹੈ
ਉਹਨੂੰ ਠੀਕ ਕਰਨ ਦਾ ਇੱਕ ਹੀ ਤਰੀਕਾ ਹੁੰਦਾ ਕਿ ਇਹਨੂੰ ਪਹਿਲੇ ਜਿਹੜੇ ਪ੍ਰੋਪਰ ਏਡ ਹੈ 10 ਐਗ ਬਣ ਜਾਂਦੇ ਛੋਟੇ ਛੋਟੇ ਇਹਨਾਂ ਨੂੰ ਠੀਕ ਕਰਕੇ ਦਾ ਇਲਾਜ ਕਰਕੇ ਪ੍ਰੋਪਰ ਜਿਹੜਾ ਹੈਗਾ ਪੋਲੀਸਿਸਟਿਕ ਡਿਜ਼ੀਜ਼ ਨੂੰ ਖਤਮ ਕੀਤਾ ਜਾਵੇ ਤਾਂ ਜੋ ਕਿ ਇੱਕ ਪ੍ਰੋਪਰ ਐਗ ਬਣੇ ਉਹ ਰੈਪਚਰ ਹੋਵੇ ਅਤੇ ਫਿਰ ਉਸ ਤੋਂ ਬਾਅਦ ਕਨਸੀਵ ਹੋ ਜਾਂਦਾ। ਡਾਕਟਰ ਸਾਹਿਬ ਇਸ ਦਾ ਇਲਾਜ ਕਿੰਨੇ ਸਮਾਂ ਤੱਕ ਚੱਲਦਾ ਜੀ? ਇਹਦੇ ਵਾਸਤੇ ਤਕਰੀਬਨ ਕੋਈ ਇੱਕ ਨਿਯਮਿਤ ਟਾਈਮ ਨਹੀਂ ਹੁੰਦਾ ਕਿ ਕਿੰਨਾ ਚਿਰ ਤੱਕ ਇਹਦਾ ਇਲਾਜ ਚੱਲ ਸਕਦਾ ਹੈ। ਕਿਸੇ ਨੂੰ ਬਹੁਤ ਜਲਦੀ ਆਰਾਮ ਆ ਜਾਂਦਾ, ਕਿਸੇ ਨੂੰ ਟਾਈਮ ਲੱਗ ਜਾਂਦਾ, ਲੇਕਿਨ ਇਹਦੇ ਵਾਸਤੇ ਇੱਕ ਨਿਯਮਿਤ ਟਾਈਮ ਦੇਣਾ ਬੜਾ ਔਖਾ ਹੁੰਦਾ ਕਿਉਂਕਿ ਇਹ ਤੁਹਾਡੇ ਸਰੀਰ 'ਤੇ ਡਿਪੈਂਡ ਹੁੰਦਾ ਹੈ ਕਿ ਤੁਹਾਡੇ ਸਰੀਰਕ ਫਿਜ਼ੀਕਲ ਸਟਰਕਚਰ 'ਤੇ ਡਿਪੈਂਡ ਹੁੰਦਾ ਹੈ ਕਿ ਤੁਹਾਡਾ ਸਰੀਰ ਕਿਸ ਮੁਤਾਬਕ ਚੱਲਦਾ ਹੈ, ਕਿ ਤੁਸੀਂ ਬੋਡੀ ਐਕਟੀਵਿਟੀਜ਼ ਦੇ ਰਹੇ ਹੋ, ਤੁਹਾਡੀ ਡਾਇਟ ਕਿਸ ਤਰ੍ਹਾਂ ਦੀ ਚੱਲ ਰਹੀ ਹੈ, ਕਿ ਹਰ ਚੀਜ਼ ਜਦੋਂ ਉਹਦੇ ਮੁਤਾਬਕ ਠੀਕ ਹੋ ਜਾਂਦਾ। ਜਿੱਦਾਂ ਸਰ ਜਿਸ ਤਰ੍ਹਾਂ ਆਯੁਰਵੈਦਿਕ ਮੈਡੀਸਨ ਨਾਲ ਹੀ ਹੋ ਸਕਦਾ ਕਿ ਦੂਸਰਾ ਆਪਣੇ ਮੈਡੀਕਲ ਮੈਡੀਸਨ ਨਾਲ ਹੋ ਸਕਦਾ? ਨਹੀਂ, ਇਹਦੇ ਵਿੱਚ ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀ। ਸਭ ਤੋਂ ਪਹਿਲੇ ਅਸੀਂ ਇਹਨੂੰ ਇਹਦੇ ਵਿੱਚ ਸਭ ਤੋਂ ਪਹਿਲੇ ਤਾਂ ਇਹਨਾਂ ਜਿਹੜੇ ਪੀਰੀਅਡਸ ਹੁੰਦੇ ਸੀ ਮੇਰੇ, ਜਦੋਂ ਇੱਕ ਪੀਰੀਅਡਸ ਰੈਗੂਲਰ ਹੋਣੇ ਸ਼ੁਰੂ ਹੋ ਜਾਂਦੇ, ਕਾਫੀ ਕੰਮ ਉਹਦੇ ਨਾਲ ਹੀ ਠੀਕ ਹੋ ਜਾਂਦਾ ਹੈ। ਹੁਣ ਤਾਂ ਆਯੁਰਵੈਦਾ ਦੇ ਵਿੱਚ ਇੰਨੇ ਕੁ ਮੈਡੀਸਨਸ ਅਵੇਲੇਬਲ ਨੇ ਪੀਸੀਓ ਨੂੰ ਠੀਕ ਕਰਨ ਵਾਸਤੇ, ਅਤੇ ਉਹਨਾਂ ਮੈਡੀਸਨ ਨੂੰ ਬੜੇ ਆਰਾਮ ਨਾਲ ਇਹਨੂੰ ਕਿਉਰ ਕੀਤਾ ਜਾ ਸਕਦਾ। ਹੁਣ ਕੋਈ ਚਿੰਤਾ ਦਾ ਵਿਸ਼ਾ ਨਹੀਂ ਹੈ ਜੀ। ਡਾਕਟਰ ਸਾਹਿਬ ਜੇ ਕਿਸੇ ਨੇ ਸੰਪਰਕ ਕਰਨਾ ਚਾਹੇ ਤੁਹਾਡੇ ਨਾਲ, ਤਾਂ ਕਿਸ ਤਰ੍ਹਾਂ, ਮਤਲਬ ਕਿ ਥੋੜ੍ਹਾ ਜਿਹਾ ਆਪਣੇ ਦੱਸੋ ਕਿਸ ਤਰ੍ਹਾਂ ਸੰਪਰਕ ਕਰ ਸਕਦੇ ਨੇ? ਉਹ ਸਾਡੀ ਵੈਬਸਾਈਟ 'ਤੇ ਸਾਡੇ ਕੋਂਟੈਕਟ ਨੰਬਰ ਹੈਗੇ ਨੇ, ਜਾਂ ਸਾਡਾ ਨੰਬਰ ਜਿਹੜਾ 9987236600 ਨੰਬਰ ਹੈ, ਉੱਥੇ ਕੋਂਟੈਕਟ ਕਰਕੇ ਤੁਸੀਂ ਕੋਈ ਵੀ ਤੁਸੀਂ ਆਪਣੀ ਇਨਫੋਰਮੇਸ਼ਨ ਲੈ ਸਕਦੇ ਹੋ। ਜਦੋਂ ਇਨਫੋਰਮੇਸ਼ਨ ਲੈ ਕੇ ਤੁਸੀਂ ਆਪਣੀ ਅਪੋਇੰਟਮੈਂਟ ਲਓ ਤਾਂ ਤੁਸੀਂ ਸਾਨੂੰ ਮਿਲ ਲਓ। ਡਾਕਟਰ ਸਾਹਿਬ ਇੱਕ ਹੋਰ ਵੀ ਸਵਾਲ ਸਾਡੇ ਜਹਿਨ 'ਚ ਆ ਰਿਹਾ, ਹੁਣ ਤੱਕ ਕਿੰਨੇ ਮਰੀਜ਼ ਤੁਹਾਡੇ ਕੋਲੋਂ ਫਾਇਦਾ ਲੈ ਚੁੱਕੇ ਹਨ? ਇਸ ਬਿਮਾਰੀ ਦੇ ਦੇਖੋ, ਜਦੋਂ ਸਾਡੇ ਕੋਲ ਕੋਈ ਕੇਸ ਆਉਂਦਾ, ਅਸੀਂ ਸਭ ਤੋਂ ਪਹਿਲੇ ਉਸ ਕੇਸ ਨੂੰ ਦੇਖਦੇ ਹਾਂ ਕਿ ਉਸ ਕੇਸ ਨੂੰ ਪ੍ਰੋਬਲਮ ਕੀ ਹੈ। ਮੋਸਟਲੀ ਇਹ ਜਿਹੜੀ ਪ੍ਰੋਬਲਮ ਹੈਗੀ ਹੈ ਫੀਮੇਲ ਦੇ ਵਿੱਚ ਪਾਈ ਜਾਂਦੀ ਹੈ, ਠੀਕ ਹੈ। ਜਿਸ ਵੇਲੇ ਕੋਈ ਸਾਡੇ ਕੋਲ ਬੇਬੀ ਵਾਸਤੇ ਆਉਂਦਾ, ਤਾਂ ਅਸੀਂ ਸਭ ਤੋਂ ਪਹਿਲੇ ਉਸ ਚੀਜ਼ 'ਤੇ ਫੋਕਸ ਕਰਦੇ ਹਾਂ ਕਿ ਉਹਦਾ ਐਗ ਪ੍ਰੋਪਰ ਬਣ ਰਿਹਾ। ਜੇ ਉਹਦਾ ਐਗ ਪ੍ਰੋਪਰ ਬਣ ਰਿਹਾ ਤਾਂ ਕੀ ਉਹ ਪ੍ਰੋਪਰ ਪੂਰੇ ਟਾਈਮ 'ਤੇ ਰੈਪਚਰ ਹੋ ਰਿਹਾ? ਜੇ ਰੈਪਚਰ ਹੋਇਆ ਬਣੇਗਾ, ਰੈਪਚਰ ਹੋਏਗਾ ਤਾਂ ਹੀ ਉਹ ਕਨਸੀਵ ਕਰ ਪਾਏਗੀ। ਇਸ ਲਈ ਸਾਨੂੰ ਉਸ ਲੇਡੀ ਨੂੰ ਅਸੀਂ ਜਦੋਂ ਡਾਇਗਨੋਸ ਵਾਲੇ ਪਾਸੇ ਤੁਰਨਾ, ਅਤੇ ਜੇ ਉਹਨੇ ਡਿਜ਼ੀਜ਼ ਹੈ ਤਾਂ ਅਸੀਂ ਉਹਨੂੰ ਤਾਂ ਨਾਲ ਹੀ ਕਿਉਰ ਕਰਾਂਗੇ, ਤਾਂ ਹੀ ਅਸੀਂ ਬੱਚਾ ਲੈ ਸਕਾਂਗੇ ਜੀ। ਥੈਂਕ ਯੂ ਡਾਕਟਰ ਸਾਹਿਬ, ਬਹੁਤ ਖੁਸ਼ੀ ਤੁਹਾਡੇ ਨਾਲ ਮੁਲਾਕਾਤ ਕਰਕੇ ਸਰ। ਇਹ ਸਨ ਡਾਕਟਰ ਨਰਿੰਦਰਪਾਲ ਸਿੰਘ ਜੀ, MD ਦੁੱਖ ਨਿਵਾਰਨ ਆਯੁਰਵੈਦਿਕ ਕਲੀਨਿਕ ਮਾਡਲ ਹਾਊਸ ਜਲੰਧਰ ਤੋਂ। ਜੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਹੈਲਪ ਦੀ ਲੋੜ ਹੋਵੇ ਤਾਂ ਡਾਕਟਰ ਸਾਹਿਬ ਨਾਲ ਸਿੱਧੀ ਸੰਪਰਕ ਕਰ ਸਕਦੇ, ਸਾਡੇ ਫਲੈਸ਼ 'ਤੇ ਨੰਬਰ ਚੱਲ ਰਿਹਾ, ਇਹਨਾਂ ਸੀਟਾਂ 'ਤੇ ਸੰਪਰਕ ਕਰ ਸਕਦੇ। ਇਸੇ ਤਰ੍ਹਾਂ ਅਸੀਂ ਹੋਰ ਵੀ ਬਹੁਤ ਸਾਰੀ ਬਿਮਾਰੀਆਂ ਦੇ ਉੱਤੇ ਡਾਕਟਰ ਸਾਹਿਬ ਨਾਲ ਵੱਖ ਵੱਖ ਦਿਨਾਂ 'ਤੇ ਅਸੀਂ ਚਰਚਾ ਕਰਦੇ ਰਹਾਂਗੇ, ਅਤੇ ਸਾਨੂੰ ਦਿਓ ਯਾਦ, ਧੰਨਵਾਦ। ਪਹਿਲਾਂ 3 ਬੱਚੇ ਸੀ, 2 ਬੇਟੀਆਂ ਵੱਡੀਆਂ, ਇਹਨਾਂ ਤੋਂ ਛੋਟਾ ਬੇਟਾ ਸੀ ਉਹ ਐਕਸਪਾਇਰ ਹੋ ਗਿਆ ਸੀ ਐਕਸੀਡੈਂਟ ਨਾਲ, 14 ਸਾਲ ਦਾ ਸੀ। ਉਸ ਤੋਂ ਬਾਅਦ ਸਾਨੂੰ ਇਹ ਬਾਬਾ ਜੀ ਬਾਰੇ ਪਤਾ ਲੱਗਾ, ਅਸੀਂ ਇੱਥੇ ਆਏ। ਇੱਥੇ ਆਣ ਕੇ ਸਾਨੂੰ ਬਹੁਤ ਸ਼ਾਂਤੀ ਮਿਲੀ ਵੀ ਅਸੀਂ ਇੱਥੋਂ ਆਪਦਾ ਪੁੱਤਰ ਲੈ ਕੇ ਹੀ ਜਾਵਾਂਗੇ। ਹਾਂਜੀ, ਮੁਲਾਕਾਤ ਕਰ ਚੁੱਕੇ ਹਾਂ। ਜਿਸ ਤਰ੍ਹਾਂ ਕਿ ਅਸੀਂ ਗੱਲਬਾਤ ਕੀਤੀ ਹੈ ਕਿ ਉਹਨਾਂ ਨੇ ਕਾਫੀ ਦਿਨਾਂ ਤੋਂ, ਕਾਫੀ ਲੰਬੇ ਸਮੇਂ ਤੋਂ ਮੈਡੀਕਲ ਦੇ ਵਿੱਚ ਲੋਕਾਂ ਦਾ ਸੇਵਾ ਕਰ ਰਹੇ ਹਨ, ਅਤੇ ਕੁਛ ਜਿਹੜੇ ਮਰੀਜ਼ ਹੈ ਉਹਨਾਂ ਦਾ ਕਾਫੀ ਟਾਈਮ ਬਾਅਦ, ਜਿਹਨਾਂ ਦੇ ਘਰ ਦੇ ਵਿੱਚ ਕਿਲਕਾਰੀਆਂ ਗੂੰਜੀਆਂ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। 24 ਸਾਲ ਬਾਅਦ ਕਿਲਕਾਰੀ ਗੂੰਜੀ ਹੈ ਜਿਨ੍ਹਾਂ ਦੇ ਘਰ ਦੇ ਵਿੱਚ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਉਹਨਾਂ ਦਾ ਨਾਮ ਹੈ ਸੁਰਜੀਤ ਸਿੰਘ, ਹਰਜੀਤ ਕੌਰ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ ਤੋਂ ਆਏ ਆ। ਅਸੀਂ ਉਹਨਾਂ ਨਾਲ ਅੱਜ ਵਿਸ਼ੇਸ਼ ਗੱਲਬਾਤ ਕਰਾਂਗੇ, ਜਿਹੜੇ ਸਾਡੇ ਨਾਲ ਜੁੜੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਸਾਡੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਰ ਕਿੱਥੋਂ ਆਏ ਤੁਸੀਂ? ਅਸੀਂ ਫਤਿਹਗੜ੍ਹ ਡਿਸਟ੍ਰਿਕਟ ਤੋਂ ਆਏ ਜੀ, ਹਾਂਸਪੁਰ ਮੇਰੇ ਪਿੰਡ ਹੈ ਜੀ। ਅਤੇ ਸਰ ਜਿਸ ਤਰ੍ਹਾਂ ਸਾਨੂੰ ਪਤਾ ਲੱਗਿਆ 24 ਸਾਲਾਂ ਬਾਅਦ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆਈਆਂ, ਅਤੇ ਇਹ ਕਿਸ ਤਰ੍ਹਾਂ ਦਾ ਤੁਹਾਨੂੰ ਮਹਿਸੂਸ ਹੋ ਰਿਹਾ ਇਸ ਵੇਲੇ ਸਰ? ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਜੀ, ਵੀ ਇਹਨਾਂ ਕੋਈ ਡਾਕਟਰ ਸਾਹਿਬ ਕੋਲ ਆ ਕੇ ਬਾਬਾ ਜੀ ਕੋਈ ਸਾਨੂੰ ਸਾਡੀ ਇੱਛਾ ਪੂਰੀ ਹੋਈ ਹੈ ਜੀ। ਅਤੇ ਜਿਸ ਤਰ੍ਹਾਂ ਬਾਬਾ ਜੀ ਬਾਰੇ ਤੁਹਾਨੂੰ ਕਿੱਦਾਂ ਪਤਾ ਲੱਗਾ ਸੀ, ਡਾਕਟਰ ਸਾਹਿਬ ਬਾਰੇ ਕਿੱਦਾਂ ਪਤਾ ਲੱਗਾ ਡਾਕਟਰ ਨਰਿੰਦਰਪਾਲ ਸਿੰਘ ਜੀ ਦਾ? ਇਸ ਤੋਂ ਪਹਿਲਾਂ ਸਾਡੇ ਪਿੰਡ ਦੇ ਵਿੱਚ ਹੀ ਇੱਕ ਦੋ ਕੇਸ ਹੋਏ ਸੀ, ਜੋ 7 ਸਾਲਾਂ ਬਾਅਦ ਉਹਨਾਂ ਦਾ ਬੱਚਾ ਹੋਇਆ ਸੀ, ਉਹਨਾਂ ਤੋਂ ਸਾਨੂੰ ਪਤਾ ਲੱਗਾ, ਫਿਰ ਅਸੀਂ ਇੱਥੇ ਆਏ ਸੀ ਜੀ। ਅਤੇ ਕੀ ਇਹਨਾਂ ਨੇ ਕਿੰਨਾ ਸਮਾਂ ਤੁਹਾਡੇ ਇਲਾਜ ਕੀਤਾ ਜਾਂ ਕੁਛ ਮੈਡੀਕਲ ਦਵਾਈਆਂ ਦਿੱਤੀਆਂ ਸਰ? ਸਾਨੂੰ ਜੀ ਲਗਭਗ 2-2.5 ਸਾਲ ਦੀ ਦਵਾਈ ਖਾਧੀ ਜੀ। ਅਤੇ ਉਸ ਤੋਂ ਬਾਅਦ
जिस तरह हुण तुसीं दस्सिया कि डॉक्टर साहब तुहाडे पिंड च कुछ लोग आए सी जिहड़े कि उन्होंने दस्सिया वा ते की डॉक्टर साहब तुहानूं इलाज कीता ट्रीटमेंट कीता तुसीं उस तों सैटिस्फाई सी? हाँ जी असीं पूरे सैटिस्फाई सी। सर जिस तरह हुण इस वेले तुसीं इस जगह ते उत्ते आए किस तरह का माहौल तुहानूं लगा सर? सानूं बहुत वधिया लगा। ते तुहाडे नाल मिसेस ने? हाँ जी हाँ जी। तुसीं कुछ कहना चाहोगे जी जिस तरह साडे दर्शकां नूं कुछ कहना चाहोगे? हाँ जी हाँ जी, मैं तां इह सुनेहा लाऊंगी कि इस बाबा नरेंद्रपाल सिंह को पहुँच के अपनियां खुशियां प्राप्त करो जी। परमात्मा ने जिवें सानू साडी झोली भरी आ सब दी भरे। तुहाडी उम्र किन्नी है मदर? मेरी उम्र 45 है। अच्छा 45। तुहाडी? 48। ते तुहाडे दोनों दे मतलब कि काका होए? हां जी जी। ते सर जिस तरह हुण तुहाडे घर च इन्नियां वधिया खुशियां आईआं जी, ते जिस तरह हुण मैं देख रहा इस वेले लगातार काफ़ी मरीज भी इकट्ठे आ, ते कुछ तुसीं आने वाले लोगों लिए कुछ कहना चाहोगे सर? बस तो यही कहना चाहते हैं कि जो किसी को प्रॉब्लम है इतने पहुँचो, पहुँच के आज खुशियाँ। बाकी सानू वेख के बहुत जोड़े आ भी रहे जी हरियाणे तो, ते आउणगे भी जी। हाँ जी असीं आने भी परमात्मा सब दी इतों सारे आपदे झोली भर के लैके जी। काका दा नाम की रखा जी? राजदीप सिंह। थैंक यू माता जी। जिस तरह की उन्होंने दसाया कि लोगों इतने आके अपने जिस तरह कई घर के किलकारियां नहीं गूंज रही, वो किस तरह इतने आके डॉक्टर साहब न मिलन, जिस तरह असं फ्लैश कर रहे नंबर, जिस तरह तुम्हें संपर्क करना चाहते हो इस नंबर से संपर्क कर सकते हो। इस तरह असं लगातार वक् वक् मरीजों भी मिलाते रहेंगे। दो सू इजाजत। धन्यवाद।